ਤੇ ਨਿਊ ਹੋਲੈਂਡ 5620 ਫੋਰ ਵੀਲ ਡਰਾਈਵ ਹੈ ਜੀ, ਠੀਕ ਹੈ 5620 ਫੋਰ ਵੀਲ ਡਰਾਈਵ। ਤੇ ਜੇ ਗੱਲ ਕਰੀਏ 22 ਮਾਡਲ ਹੈ, 11 ਲੱਖ ਤੇ 35,000 ਰੁਪਇਆ ਡਿਮਾਂਡ ਹੈ ਜੀ, ਠੀਕ ਹੈ। ਤੇ ਫੋਰ ਵੀਲ ਡਰਾਈਵ ਤੁਸੀਂ 3 ਸਪੀਡ ਹੈ, ਦੇਖ ਸਕਦੇ ਕੰਡੀਸ਼ਨ ਨਵਾਂ ਹੀ ਪਿਆ ਹੈ, ਟਾਇਰ 90% ਟਾਇਰ ਨੇ, ਕੋਈ ਕਮੀ ਪੇਸ਼ੀ ਨਹੀਂ ਗੀ। ਨਿਊ ਹੋਲੈਂਡ 3630 ਇਹ ਹੈਗਾ ਜੀ, 20 ਮਾਡਲ ਹੈ, 6 ਲੱਖ ਤੇ 65,000 ਰੁਪਇਆ ਡਿਮਾਂਡ ਹੈ ਜੀ, ਦੇਖ ਸਕਦੇ ਕੰਡੀਸ਼ਨ। ਤੁਸੀਂ ਇੱਧਰ ਟਰੈਲਾਂ ਟਰੂਲਾਂ ਚੱਲੀ ਜਾਂਦੀਆਂ ਨੇ, ਆਹ ਵੇਖੋ ਇੰਨਾ ਸਟੋਕ 'ਚ ਟਰੈਕਟਰ ਆਇਆ ਹੋਇਆ, ਇੱਧਰ ਛੋਟੇ ਟਰੈਕਟਰ ਵੀ ਆਏ ਹੋਏ ਨੇ, ਸਭ ਦੀ ਰਿਵਿਊ ਦੇਵਾਂਗੇ। ਕਪੋਟਾ ਕੈਬਿਨ ਬੰਦ, ਉਹ ਖੜਾ ਜੀ ਕੈਬਿਨ ਬੰਦ, ਜ਼ੂਮ ਕਰ ਦਿੰਦੇ ਥੋੜ੍ਹਾ ਜਿਹਾ। ਫਤਿਹਾਬਾਦ ਦੀ ਮੰਡੀ ਹੈ, ਹਰਿਆਣਾ ਦੀ ਮੰਡੀ ਹੈ, ਦਿਨ ਐਤਵਾਰ ਲੱਗਦੀ ਆ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ, ਲਾਈਕ ਕਰਿਆ, ਚੈਨਲ ਨੂੰ ਸਬਸਕ੍ਰਾਈਬ ਕਰਿਆ ਜੇ, ਪੇਜ ਨੂੰ ਫੋਲੋ ਕਰ ਲਓ। ਨਿਊ ਹੋਲੈਂਡ 3630 50 HP ਦਾ ਟਰੈਕਟਰ ਹੈ ਜੀ, 20 ਮਾਡਲ ਹੈ, 6 ਲੱਖ ਅਤੇ 45,000 ਰੁਪਇਆ ਡਿਮਾਂਡ ਹੈ, 6,45,000 ਰੁਪਇਆ ਡਿਮਾਂਡ ਹੈ। ਕੰਡੀਸ਼ਨ ਤੁਹਾਡੇ ਸਾਹਮਣੇ ਜੀ। ਬਾਕੀ ਆਹ ਸੋਇਲੈਸ ਦਾ ਜੋ ਨਵਾਂ ਆਇਆ 50-15 ਮਾਡਲ, ਇਹ ਹਜੇ ਮੰਨ ਕੇ ਚਲੋ ਥੋੜ੍ਹੇ ਹੀ ਆਏ ਨੇ, ਕਾਫੀ ਇੱਧਰ ਖਰੀਦੇ ਨੇ ਏਰੀਏ 'ਚ, ਅਤੇ ਫਿਰ ਵੀ ਇੱਥੇ ਆਇਆ ਹੋਇਆ। HR ਨੰਬਰ ਹੈ ਜੀ, 21 ਮਾਡਲ ਹੈ, 5 ਲੱਖ ਅਤੇ 65,000 ਰੁਪਇਆ ਡਿਮਾਂਡ ਹੈ। ਪ੍ਰੈਸ਼ਰ ਹੈ ਜੀ, ਪਾਵਰ ਸਟੇਅਰਿੰਗ ਹੈ ਕਟਾਈ, ਦੇਖ ਸਕਦੇ ਕੰਡੀਸ਼ਨ ਤੁਸੀਂ। ਸਾਈਲੈਂਟ ਬਹੁਤ ਆ ਟਰੈਕਟਰ ਸੁਣ ਚ ਆਇਆ ਆਪਣੇ, ਤਾਂ ਆਪਾਂ ਰਿਵਿਊ ਕੀਤੀ ਸੀ ਇੱਕ ਵੀਡੀਓ 'ਚ ਵੇਖਿਆ ਸੀ, ਅਤੇ ਸਾਈਲੈਂਟ ਬਹੁਤ ਆ। ਸੋਇਲੈਸ ਦਾ HR ਨੰਬਰ ਹੈ, ਅਤੇ ਜੌਂਡੀਅਰ 5310 ਜੌਂਡੀਅਰ ਦੇ ਮਾਡਲ ਆ ਗਏ, 19 ਮਾਡਲ ਹੈ, 7 ਲੱਖ ਰੁਪਇਆ ਡਿਮਾਂਡ ਹੈ ਜੀ। ਕੰਡੀਸ਼ਨ ਤੁਹਾਡੇ ਸਾਹਮਣੇ ਆ, ਦੇਖ ਸਕਦੇ ਜੇ। ਇੱਧਰ ਫੋਰ ਵੀਲ ਡਰਾਈਵ ਹੈ, 50-50 ਜੌਂਡੀਅਰ। ਅਤੇ ਜੇ ਗੱਲ ਕੀਤੀ ਜਾਵੇ ਇਸਦੀ ਪ੍ਰਾਈਸ ਦੀ, ਤਾਂ ਆਹ ਲਿਖਿਆ ਸੀ ਇੱਥੇ ਪ੍ਰਾਈਸ, ਮੀਟਰ ਆ ਪ੍ਰਾਈਸ, ਤੇ ਅਗਲੀ ਸਾਈਡ ਆਕੇ 20-22 ਮਾਡਲ ਹੈ ਤੇ 7-25 ਡਿਮਾਂਡ ਹੈ। ਇਹ ਹੈਗਾ ਜੀ 855, ਦੇਖ ਸਕਦੇ ਜੀ, 22 ਮਾਡਲ, 5 ਸਟਾਰ ਹੈ, ਠੀਕ ਹੈ, ਕੋਈ ਕਮੀ ਪੇਸ਼ੀ ਨਹੀਂ, ਪਾਵਰ ਸਟੇਅਰਿੰਗ ਆ, ਟਾਇਰ ਓਕੇ ਆ ਇਕਦਮ। ਤੇ ਜੌਂਡੀਅਰ 5510, ਠੀਕ ਹੈ ਜੀ, 20 ਮਾਡਲ ਹੈ, 7 ਲੱਖ ਤੇ 45,000 ਰੁਪਇਆ ਡਿਮਾਂਡ ਹੈ ਜੀ। ਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਜੀ, ਦੇਖ ਸਕਦੇ ਜੀ ਜੌਂਡੀਅਰ ਦੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ। ਇਸ ਸਾਈਡ ਵੀ ਜੌਂਡੀਅਰ 5619 ਮਾਡਲ ਹੈ, 4,70,000 ਰੁਪਇਆ ਡਿਮਾਂਡ ਹੈ। HR ਨੰਬਰ ਹੈ ਜੀ, ਕੰਡੀਸ਼ਨ ਤੁਹਾਡੇ ਸਾਹਮਣੇ ਆ, ਦੇਖ ਸਕਦੇ ਜੇ। ਤੇ ਜੌਂਡੀਅਰ 5516 ਮਾਡਲ ਹੈ, 4,75,000 ਰੁਪਇਆ ਡਿਮਾਂਡ ਹੈ। ਕੰਡੀਸ਼ਨ ਤੁਹਾਡੇ ਸਾਹਮਣੇ ਆ, ਦੇਖ ਸਕਦੇ ਜੇ। ਤੇ ਫਾਰਮ ਟਰੈਕ ਚੈਂਪੀਅਨ ਇਹ ਹੈਗਾ ਜੀ, ਫਾਰਮ ਟਰੈਕ ਚੈਂਪੀਅਨ 18 ਮਾਡਲ ਹੈ, 4,40,000 ਰੁਪਇਆ ਡਿਮਾਂਡ ਹੈ। ਕੰਡੀਸ਼ਨ ਤੁਹਾਡੇ ਸਾਹਮਣੇ ਆ ਜੀ, ਦੇਖ ਸਕਦੇ ਜੀ ਤੁਸੀਂ, ਪਾਵਰ ਸਟੇਅਰਿੰਗ ਹੈ। ਤੇ ਸਵਰਾਜ 855 4 ਸਟਾਰ ਹੈ, ਰਿਵਰਸ PTO ਦੇ ਨਾਲ ਹੈ, 14 ਮਾਡਲ ਹੈ, 4,70 ਡਿਮਾਂਡ ਹੈ ਜੀ, ਪਾਵਰ ਸਟੇਅਰਿੰਗ ਹੈ। ਟਾਇਰ ਜੇ ਗੱਲ ਕਰੀਏ 80% ਟਾਇਰ ਪਏ ਆ ਜੀ, ਦੇਖ ਸਕਦੇ ਜੀ ਤੁਸੀਂ ਕੰਡੀਸ਼ਨ। ਅਤੇ 4 ਸਟਾਰ 485 ਆਈਸ਼ਰ ਪਾਵਰ ਸਟੇਅਰਿੰਗ ਹੈ ਜੀ, ਠੀਕ ਹੈ, 17 ਮਾਡਲ ਹੈ, 18 ਦੀ RC ਹੈ, 480 ਡਿਮਾਂਡ ਹੈ ਜੀ, ਟਾਇਰ ਨਵੇਂ ਨੇ, ਦੇਖ ਸਕਦੇ ਜੀ ਤੁਸੀਂ। ਅਤੇ ਇਸ ਸਾਈਡ ਸੋਨਾਲੀਕਾ ਸਿਕੰਦਰ 52 ਕੈਟਾਗਰੀ 'ਚ ਟਰੈਕਟਰ ਹੈ, 50 ਜਿਹਨੂੰ ਕਹਿ ਦਿੰਦੇ ਨੇ, ਜਾਂ 52 ਕੈਟਾਗਰੀ 'ਚ ਆਉਂਦਾ ਵੈਸੇ। HR ਨੰਬਰ ਹੈ ਜੀ, 20 ਮਾਡਲ ਹੈ, 5 ਲੱਖ ਅਤੇ 50,000 ਰੁਪਇਆ ਡਿਮਾਂਡ ਹੈ, ਡਬਲ ਕਲੱਚ ਹੈ ਜੀ, ਪਾਵਰ ਸਟੇਅਰਿੰਗ ਹੈ। ਅਤੇ ਫਾਰਮ ਟਰੈਕ 60 EPI ਮਾਡਲ ਬਹੁਤ ਆਉਂਦਾ ਜੀ ਇੱਥੇ, 14 ਮਾਡਲ ਹੈ, 4,00,000 ਅਤੇ 40,000 ਰੁਪਇਆ ਡਿਮਾਂਡ ਹੈ, 4,00,000 ਅਤੇ 40,000 ਰੁਪਇਆ ਡਿਮਾਂਡ ਹੈ। ਟਾਇਰ ਨਵੇਂ ਨੇ ਜੀ ਅਗਲੇ, ਮਗਰਲੇ ਮੰਨ ਕੇ ਚੱਲੋ ਤੁਸੀਂ, 50-60% ਨੇ। ਅਤੇ 5310 ਜੌਂਡੀਅਰ 5310 18 ਮਾਡਲ ਹੈ ਜੀ, ਅਤੇ ਡਿਮਾਂਡ 6 ਕੁਛ ਸੀ, ਮੀਟਰ ਹੀ ਹੈ, 6,00,000 ਅਤੇ ਕੁਛ ਹੈ, ਸਾਈਡ ਗੇਅਰ ਹੈ ਜੀ, 5310 ਕੰਡੀਸ਼ਨ ਬਿਲਕੁਲ ਓਕੇ ਹੈ ਜੀ, ਰੰਗ ਰੋਗਣ ਓਕੇ ਪਿਆ ਹੈ। ਅਤੇ 485 ਆਈਸ਼ਰ ਇਹ ਹੈਗਾ ਜੀ, 18 ਮਾਡਲ, 4,00,000 ਅਤੇ 75,000 ਰੁਪਇਆ ਡਿਮਾਂਡ ਹੈ ਜੀ। ਕੰਡੀਸ਼ਨ ਤੁਹਾਡੇ ਸਾਹਮਣੇ ਆ, ਦੇਖ ਸਕਦੇ ਜੀ। ਅਤੇ ਇਸ ਸਾਈਡ ਮੈਸੀ ਫਿਊਜ਼ਨ 245 DI ਜੇ ਗੱਲ ਕਰੀਏ, ਇਹ ਹੈਗਾ 96 ਮਾਡਲ ਹੈ, 1,50,000 ਰੁਪਇਆ ਡਿਮਾਂਡ ਹੈ, ਦੇਖ ਸਕਦੇ ਜੀ ਤੁਸੀਂ, ਕੰਡੀਸ਼ਨ ਤੁਹਾਡੇ ਸਾਹਮਣੇ ਆ। ਅਤੇ ਅਗਲੀ ਸਾਈਡ
फार्म ट्रैक 660, ठीक है जी, पावर स्टेयरिंग है, 375,000 डिमांड है जी, तो मॉडल इनका मिटिया पाया, कंडीशन तुहाडे सामने है जी, टायरां दी देख सकते जी, तो एस साइड फार्म ट्रैक हीरो यह है जी, 13 मॉडल है, तो 325,000 रुपया डिमांड है, कंडीशन तुहाडे सामने आ देख सकते जी, तो गड्डी तो अगर चलते हैं, HR नंबर है जी 855, तो इसका जी प्राइस 20 मॉडल है 21,000 से 675,000 रुपया डिमांड है, रिवर्स PTO है, तो 5 स्टार है जी, कंडीशन तुहाडे सामने है जी, पावर स्टेयरिंग है, तो अगली साइड 5310 जॉन डियर 5310 यह हैगा जी, 21 मॉडल है, 770 डिमांड है जी, 770 डिमांड है, 21 मॉडल है, कंडीशन तुहाडे सामने है जी, ऑल ओके आ, तुसीं कह नहीं सकते, फतेहाबाद की मंडी हरियाणा की मंडी है जी, हिसार फतेहाबाद सब जानते हैं, तो हरियाणे दे विच एतवार मंडी लगती है, फुल भीड़ होंदी है, इस वारी मीह पैन करके बहुत घट हैगी है जी भीड़, ट्रैक्टर तो काफ़ी आया पर भीड़ घट है, इस बारी लोग घट आए हैं क्योंकि मीह बहुत पै रहा एरिए अपने, तो बाकी तुहानूं ट्रैक्टर विखाउंदे रहांगे चैनल ते बने रहा जी, धन्यवाद।